ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਧੰਦੀਵਾਲ, ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ। ਇੱਕ ਵੱਛੀ ਦਿਖਾਵਾਂਗੇ ਘਰੇਲੂ ਸੱਜਣ ਨੇ, ਕੋਈ ਬਾਈ ਉਹਨਾਂ ਦਾ ਵਪਾਰ ਦਾ ਕੰਮ ਨਹੀਂ, ਤੇ ਬਾਕੀ ਰਿਕਾਰਡ ਵਾਲੀ ਆ, ਵਿਦ ਪਰੂਫ ਵਾਲਾ ਸਿਸਟਮ ਆ। ਆਪ ਵੀ ਕਿਹੜੇ ਸੀਮਨ ਦੀ ਆ, ਬਾਈ ਕਹਿੰਦਾ ਉਹ ਡਿਟੇਲ ਵੀ ਦੇ ਦਾਂਗੇ ਤੇ ਲੱਗਿਆ ਕਿਹੜਾ ਉਹਦੀ ਡਿਟੇਲ ਵੀ ਮਿਲ ਜੂ, ਮਿਲਕ ਰਿਕਾਰਡ ਤੇ ਬਾਕੀ ਦੰਦਾਂ 'ਚ ਹੀ ਆ ਬੱਚੇ। ਇਹ ਡਿਟੇਲ ਸਾਰੀ ਬਾਈ ਨੂੰ ਪੁੱਛ ਲੈਂਦੇ ਹਾਂ, ਤੇ ਜਿਹੜਾ ਰੇਟ ਆ ਰੇਟ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ। ਆ ਜੂ ਬਾਈ, ਹੋਰ ਕੀ ਹਾਲ ਆ ਜੀ? ਵਧੀਆ ਵੀਰ ਜੀ, ਬਹੁਤ ਚੜ੍ਹਦੀ ਕਲਾ। ਹਾਂਜੀ ਹਾਂ, ਨਾਮ ਤੇ ਨੰਬਰ ਬੋਲ ਦਿਓ ਜੀ। ਵੀਰ ਜੀ, ਮੇਰਾ ਨਾਂ ਹਰਵਿੰਦਰ ਸਿੰਘ ਹੈ। ਠੀਕ ਹੈ ਜੀ। ਤੇ ਨੰਬਰ ਹੈਗਾ ਜੀ 98783 ਹਾਂਜੀ 50508। 98783 50508। 508 ਇੱਕ ਨੰਬਰ ਹੋਰ ਨੋਟ ਕਰ ਲਿਓ ਵੀਰ ਜੀ, 95926 ਹਾਂਜੀ 97200 ਪੂਰਾ। ਪਿੰਡ ਆ ਗਿਆ ਭਾਈ ਆਪਣਾ ਧੰਦੀਵਾਲ। ਹਾਂ, ਪਿੰਡ ਧੰਦੀਵਾਲ ਜੀ। ਪਿੰਡ ਆ ਗਿਆ ਸੱਜਣੋ ਬਾਈ ਦਾ ਧੰਦੀਵਾਲ, ਤੇ ਜਿਹੜੀ ਬੱਚੀ ਆ ਨਾ, ਬੱਚੀ ਵੀ ਬਹੁਤ ਕਮਾਲ ਦੀ ਦਿਖਾਵਾਂਗੇ। ਆਰਡਰ ਰੱਖਦੀ ਆ ਬਾਹਰ ਵਾਲੀਆਂ ਗਾਵਾਂ ਵਾਂਗੂ, ਕਹਿ ਲਈਏ ਬਿਲਕੁਲ ਫਿਕਸ। ਆਪ ਕਿਹੜੇ ਸੀਮਨ ਗਿਆ ਭਾਈ? ਇਹ ABS ਦੇ ਹਰਸ਼ਤ ਬੋਲਦੀ ਆ ਵੀਰ ਜੀ। ਹਰਸ਼ਤ ਦੀ ਆ ਗਈ ਆਪ, ਤੇ ਲੱਗਿਆ ਕਿਹੜਾ ਬਾਈ ਇਹਦੇ ਅੱਗੇ? ਇਹਦਾ ਅਸੀਂ ਅਰਮਾਡਾ ਬੁੱਲ ਲਵਾਇਆ ਜੀ। ਅਰਮਾਡਾ ਦਾ? ਹਾਂਜੀ, ਅਰਮਾਡਾ ਦਾ ਸਿੰਗਲ ਤਕਰੀਬਨ ਲਵਾਇਆ ਜੀ। ਆਪਾਂ ਕਹਿ ਲਈਏ ਆਪਣੀ ਘਰ ਦੀ ਬੱਚੀ ਆ। ਇਹ ਘਰ ਦੀ ਬੱਚੀ ਹੈ ਜੀ। ਠੀਕ ਹੈ। ਪਿਛਲੇ ਸਾਲ ਅਸੀਂ ਇਹਦੀ ਮਾਂ ਵੇਚੀ ਸੀ, ਉਹ ਵੀ ਇੱਥੇ ਆਪਣੇ ਨਾਲ ਹੀ ਪਿੰਡ ਅਮਲੋਵਾਲ। ਠੀਕ ਹੈ ਜੀ। ਤੇ ਉੱਥੇ ਵੇਚੀ ਸੀ ਵੀਰ ਜੀ ਇਹਦੀ ਮਾਂ। ਠੀਕ ਆ। ਸੂਆ ਕਿਹੜਾ ਸੂਆ ਬਾਈ ਇਹ? ਇਹ ਦੂਜਾ ਸੂਆ, ਪਿਓਰ ਸੂਆ ਹੈ ਵੀਰ ਜੀ। ਕਈ ਵਾਰੀ ਲੋਕ ਕਹਿ ਦਿੰਦੇ ਨੇ ਆਲਾ ਤੀਜੇ ਵਾਲੇ ਨੂੰ ਦੂਜਾ ਕਹਿ ਜਾਂਦਾ। ਠੀਕ ਹੈ ਜੀ। ਪਰ ਇਸ ਗੱਲ ਦੀ ਆਪਣੀ ਗਰੰਟੀ ਹੈ। ਠੀਕ ਹੈ ਗੱਲ। ਆ ਕਰੀ ਬਾਈ ਇੱਧਰ ਨੂੰ ਮਾੜੀ ਜੀ। ਸੂਆ ਬਾਈ ਕਹਿੰਦਾ ਸੂਆ ਦੂਜਾ, ਆਪ ਆ ਗਈ ਸੱਜਣੋ ਹਰਸ਼ਿਤ ਦੀ, ਤੇ ਅਰਮਾਡਾ ਤੋਂ ਆ ਗਈ ਗੱਬਣ, ਤੇ ਬਾਕੀ ਨਾ ਜਿਹੜਾ ਆਰਡਰ ਆਰਡਰ ਇਹਦਾ ਬਹੁਤ ਕਮਾਲ ਦਾ ਲੱਗਿਆ, ਇਹ ਕਹਿ ਸਕਦੇ ਹਾਂ ਵੀ ਬਿਲਕੁਲ ਫਿਕਸ ਲੇਵਾ ਆ ਗਿਆ। ਨਾਲ ਲੱਗਮਾ ਮਸਟੈਟਸ ਆ ਜਿਹੜੀ, ਇਹ 'ਚ 0% ਹੀ ਰਹਿ ਜਾਣੀ ਤਕਰੀਬਨ ਤਕਰੀਬਨ। ਤੇ ਦੁੱਧ ਬਾਈ ਇਹਨੇ ਪਹਿਲਾਂ ਨੇ ਕਿੰਨਾ ਕੁ ਪਾਇਆ? ਦੁੱਧ ਵੀਰ ਜੀ ਤਕਰੀਬਨ 24-25 ਲੀਟਰ ਦਿੱਤਾ ਇਹਨੇ ਪੀਕ ਤੇ ਜਾ ਕੇ ਪਹਿਲੇ ਸੂਏ। 24-25 ਲੀਟਰ ਪੀਕ ਲੈਵਲ ਦਾ? ਹਾਂ। ਦੰਦਾਂ 'ਚ ਕਿਵੇਂ ਆ ਬਾਈ ਇਹ? ਹੈਂਜੀ, ਦੰਦਾਂ 'ਚ ਕਿਵੇਂ ਆ ਗਈ? ਦੰਦਾਂ 'ਚ 6 ਦੰਦ ਹੈ ਵੀਰ ਜੀ। 6 ਦੰਦ ਆ? 6 ਦੰਦ ਹੈ ਜੀ। ਤੇ ਵਿਦ ਰਿਕਾਰਡ ਹੀ ਆ ਗਈ ਤਕਰੀਬਨ? ਹਾਂ, ਪੂਰਾ ਰਿਕਾਰਡ ਹੈ ਵੀਰ ਜੀ ਆਪਣੇ ਘਰ ਦੀ ਬੱਚੀ ਹੈ, ਆਪਣਾ ਕੋਈ ਵਪਾਰ ਦਾ ਕੰਮ ਨਹੀਂ। ਨਾਲ ਜਾਇਓ ਪਰਲੇ ਬੰਨੇ ਤੇ, ਇੱਕ ਸੱਜਣਾ ਤੁਹਾਨੂੰ ਨਾ ਇਹਦੇ ਕੱਦ ਕਾਰਡ ਦਾ ਆਈਡੀਆ ਕਰਾ ਦੇਣਾ ਵੀ ਇੱਕ ਤਾਂ ਹੁੰਦੀ ਆ ਛੋਟੀ ਜੀ, ਉਹ ਗੱਲਬਾਤ ਨਹੀਂ, ਕੱਦ ਆ ਗਿਆ ਫੁੱਲ ਵੱਡਾ, ਤੁਸੀਂ ਆ ਜਾਓ ਬਰਨ। ਤੇ ਦੰਦਾਂ 'ਚ ਬਾਈ ਕਹਿੰਦਾ ਆ ਗਈ 6 ਦੰਦ, ਲੰਬੀ ਵੀ ਫੁੱਲ ਆ ਤੇ ਕੱਦ ਵੀ ਫੁੱਲ ਆ, ਤੇ ਬਾਈ ਦੇ ਕੱਦ ਦੇ ਹਿਸਾਬ ਨਾਲ ਨਾ ਇਹਦੇ ਕੱਦ ਕਾਰਡ ਦਾ ਆਈਡੀਆ ਲਾ ਲਿਓ, ਤੋਰ ਦੇ ਬਾਈ ਖੋਲ ਕੇ ਇੱਕ ਵਾਰ। ਬਾਕੀ ਸੀਲ ਹੈ ਵੀਰ ਜੀ ਪੂਰੀ, ਮਤਲਬ ਕੋਈ ਐ ਨਹੀਂ ਹੈਗਾ ਵੀ। ਆ ਪਹਿਲਣ ਦਾ ਰਿਕਾਰਡ ਬਾਈ ਕਹਿੰਦਾ 24-25 ਕਿਲੋ ਦਾ, ਵੀ ਇਸ ਵਾਰੀ 28-30 ਕਿਲੋ ਬੱਚੀ ਬੜੇ ਆਰਾਮ ਨਾਲ ਪਾ ਦੂ, ਤੇ ਆ ਗਈ ਰਿਕਾਰਡ ਵਾਲੀ, ਤੇ ਬਾਕੀ ਖੋਲ ਕੇ ਤੋਰ ਕੇ ਤਸੱਲੀ ਕਰਾ ਦੂੰਗਾ ਹਰੇਕ ਪੱਖ। ਤੇ ਸੂਆ ਸੂੰਦੀਆ ਸੱਜਣੋ ਬਾਈ ਕਹਿੰਦਾ ਦੂਜਾ, ਤੇ ਬਾਕੀ ਤੋਰਾ ਤੂਰਾ ਚੈੱਕ ਕਰ ਸਕਦੇ ਹੋ, ਤੇ ਬਾਕੀ ਆਰਡਰ ਰੱਖ ਦਿਆ ਫਿਕਸ ਜਾਂ ਲੈ ਚੱਲ ਬਾਈ ਗਾਹ ਨੂੰ, ਲੈ ਚੱਲ ਲੈ ਚੱਲ ਤੋਰ ਦਿਆ ਇਹਨੂੰ, ਤੇ ਲੇਵਾ ਬਿਲਕੁਲ ਨਾਲ ਲੱਗਮਾ ਜਾ ਗਿਆ। ਜੇ ਗੱਲ ਕਰ ਲਈਏ ਪ੍ਰਿੰਟ ਬਹੁਤ ਸ਼ਾਨਦਾਰ ਆ, ਕਮਾਲ ਆ ਬਾਈ ਇੱਥੋਂ। ਸੂਆ ਦੂਜਾ ਦੰਦਾਂ 'ਚ 6 ਦੰਦ, ਆਪ ਬਾਈ ਕਹਿੰਦਾ ਆ ਗਈ ਹਰਸ਼ਤ ਬੁੱਲਦੀ, ABS ਦੇ ਅਰਮਾਡਾ ਤੋਂ ਆ ਗਈ ਸੱਜਣੋ ਅੱਗੇ ਇਹ ਗੱਬਣ, ਕੱਦ ਵੀ ਫੁੱਲ ਆ ਤੇ ਬੇਲ ਵੀ ਫੁੱਲ ਆ ਜੇ ਕਹਿ ਲਈਏ ਪੱਛੀ ਦੀ। ਤੇ ਬਾਕੀ ਜਿਹੜਾ ਮਿਲਕ ਰਿਕਾਰਡ ਬਾਈ ਨੇ ਦੱਸਿਆ, ਮਿਲਕ ਰਿਕਾਰਡ ਬਾਈ ਕਹਿੰਦਾ ਦਾ ਟੌਪ ਦੇ ਆ ਤਕਰੀਬਨ 24-25 ਕਿਲੋ ਦਾ ਰਿਹਾ, ਤੇ ਬਾਕੀ ਇੱਥੋਂ ਆਰਡਰ ਕੁਆਲਿਟੀ ਕਰ ਸਕਦੇ ਹੋ ਚੈੱਕ। ਤੇ ਦਿਨ ਬਾਈ ਕਿਆ ਪੈਂਡਿੰਗ ਨੇ ਇਹਦੇ? ਇਹਦੇ ਦਿਨ ਵੀਰ ਜੀ 10 ਅਕਤੂਬਰ ਨੂੰ ਪੂਰੇ ਹੁੰਦੇ ਨੇ ਜੀ। ਕਰੀ ਕਰੀ ਗਾਨ ਮੜੀ, ਮਤਲਬ 3 ਕੁ ਦਿਨ ਲਗਭਗ ਸਾਡੇ ਹਿਸਾਬ ਨਾਲ ਬਾਕੀ ਨੇ ਜੀ। ਠੀਕ ਹੈ ਗੱਲ। ਬਾਕੀ ਪਰਮਾਤਮਾ ਦੇ ਘਰ ਦਾ ਕੀ ਪਤਾ ਹੁੰਦਾ ਹੈ ਨਾ ਜੀ। ਠੀਕ ਹੈ ਗੱਲ। ਹਾਂਜੀ ਹਾਂ, 3 ਕੁ ਦਿਨ ਬਾਈ ਕਹਿੰਦਾ ਇਹਦੇ ਤਕਰੀਬਨ ਪੈਂਡਿੰਗ ਨੇ। ਸੂਪੇ ਗੱਡੀ ਗੁੱਡੀ ਚੜ੍ਹ ਕੇ ਸੱਜਣੋ ਚਾਹੇ ਬੱਚੀ ਅੱਜ ਹੀ ਸੂਪੇ, ਪਰ ਹੈਗੀ ਪੂਰੀ ਤਿਆਰੀ 'ਚ ਆ, ਤੇ ਜੈਨੂਅਨ ਦੇ 24-25 ਪਾ ਦਿਆ ਬਾਈ। ਹਾਂ ਵੀਰ ਜੀ, ਹਾਂ ਇਹਦੇ 'ਚ ਕੋਈ ਉਹ ਨਹੀਂ। ਠੀਕ ਹੈ। ਬਾਕੀ ਥਣਾਂ ਦੀ ਆਪਣੀ ਜ਼ਿੰਮੇਵਾਰੀ ਹੈ ਜੀ, ਮਤਲਬ ਥਣ ਚਾਰੇ
ਓਕੇ ਨੇ ਜੀ, ਮੈਂ ਮਤਲਬ ਅਸੀਂ ਡਰਾਈ ਕਰਕੇ ਛੱਡੀ ਆ ਇਹ। ਠੀਕ ਆ ਗੱਲ, ਹਾਂਜੀ ਹਾਂ, ਕਰ ਦਿਓ ਇਹਨੂੰ। ਤੇ ਬਾਕੀ ਪ੍ਰਿੰਟ ਦੀ ਬਹੁਤ ਸ਼ਾਨਦਾਰ ਆ ਤੇ ਮਜ਼ਬੂਤ ਫੁੱਲ ਆ ਗਈ, ਹਰੇਕ ਪੱਖ ਤੋਂ ਢਾਂਚੇ ਦੀ ਵੀ ਫੁੱਲ ਮਜ਼ਬੂਤ ਆ ਗਈ। ਤੇ ਜਿਵੇਂ ਸੁਭਾਅ ਦੀ ਦੱਸਿਆ ਬਾਈ ਨੇ ਵੀ ਸੁਭਾਅ ਦੀ ਵੀ ਬਹੁਤ ਠੰਡੀ ਸੀਲ ਆ, ਤੇ ਇਸ ਵਾਰੀ ਦੁੱਧ ਬਾਈ ਕਹਿੰਦਾ ਵੀ 25 ਪਹਿਲਾਂ ਨੇ ਪਾਇਆ ਵੀ ਪਲੱਸ ਕਰ ਸਕਦੀ ਆ ਬਾਈ, ਹਨਾ। ਹਾਂਜੀ ਹਾਂ, ਬਾਕੀ ਸੇਵਾ ਤੇ ਹੁੰਦਾ ਵੀਰ ਜੀ। ਰੇਟ ਕੀ ਰਹੂਗਾ ਜੀ ਇਹਦਾ? ਰੇਟ ਵੀਰ ਜੀ ਅਸੀਂ 1,10,000 ਰੁਪਏ ਦੀ ਡਿਮਾਂਡ ਕਰਦੇ ਹਾਂ ਜੀ। ਮਾਫੀ ਮੁਫੀ ਕਰ ਦਾਂਗੇ ਸਰ? ਹਾਂ 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 ਵੀਰ ਜੀ, ਕੋਈ ਗੱਲ ਨਹੀਂ, ਜਿਹੜਾ ਭੈਣ ਭਰਾ ਆਪਣਾ ਕੋਈ ਚੱਲ ਕੇ ਆਊਗਾ ਮਾਫੀ ਜ਼ਰੂਰ ਕਰਾਂਗੇ। ਠੀਕ ਹੈ ਗੱਲ, ਮਾਫੀ ਬਾਈ ਕਹਿੰਦਾ ਉਹਦੇ 'ਚੋਂ ਕਰ ਦਾਂਗੇ। ਤੇ ਬਾਕੀ ਇੱਕ ਤਾਂ ਤੁਹਾਨੂੰ ਗੱਲ ਹੋਰ ਦੱਸਦਾ ਨਾ ਵੀ ਕੱਦ ਕਾਠ 'ਚ ਨਹੀਂ ਛੋਟੀ ਹੋਊਗੀ ਵੀ ਨੇੜਾ ਕਿਸੇ ਨੂੰ ਲੱਗੇ, ਵੀ ਵੀਡੀਓ 'ਚ ਪਤਾ ਨਹੀਂ ਜ਼ਿਆਦਾ ਵੱਡੀ ਲੱਗ ਗਈ, ਉਹ ਸੀਨ ਨਹੀਂ ਹੋਊਗਾ। ਕੱਦ ਫੁੱਲ ਵੱਡਾ ਹੀ ਆ ਗਿਆ ਤੇ ਦੰਦਾਂ 'ਚ ਆ ਗਈ 6 ਦੰਦ, ਤੇ ਆਪ ਵੀ ਬਾਈ ਨੇ ਦੱਸਤਾ ਕਿਹੜੇ ਸੀਮਨ ਦੀ ਆ, ਤੇ ਬਾਕੀ ਅੱਗੇ ਲੱਗਿਆ ਵੀ ਇਹਦੇ ਸੀਮਨ ਟੌਪ ਦਾ ਹੀ ਆ, ਚੰਗੇ ਰਿਕਾਰਡ ਵਾਲੀ ਬੱਛੀ ਆ, ਘਰੇਲੂ ਸੱਜਣ ਕੋਲ ਆ, ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ। ਪਿੰਡ ਧੰਦੀਆਲ, ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ, ਸੰਪਰਕ ਬਾਈ ਨਾਲ ਕਰ ਲਿਓ। ਧੰਨਵਾਦ।